ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਤੇ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਦੀਵਾਲੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਬੰਦੀ ਸੋੜ ਦਿਵਸ ਦੀਆਂ ਵੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਤੇ ਪਰਮਾਤਮਾ ਕਰੇ ਦੀਵਾਲੀ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤੇ ਅੱਜ ਮੈਂ ਸਵੇਰੇ ਤੋਂ ਵਲੌਗ ਸਟਾਰਟ ਕਰ ਲਿਆ ਤੇ ਅੱਜ ਟਾਈਮ ਹੋ ਗਿਆ 11:30 ਵਜਣ ਵਾਲੇ ਆ ਤੇ ਅਸੀਂ ਚੱਲੇ ਸੀਗੇ ਸ਼ੇਰਪੁਰ ਤੇ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਹਾਂ ਵੀ ਉੱਥੇ ਕੀ ਸ਼ੋਪਿੰਗ ਕਰਦੇ ਹਾਂ ਉਹ ਇੱਕ ਵਾਰੀ ਉਹ ਇਹ ਸਾਰਾ ਦਿਨ ਇੱਦਾਂ ਹੀ ਭੱਜਦਾ ਰਹਿੰਦਾ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਉੱਥੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਕਰੋ ਇੰਜੋਏ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਵੇਖੋ ਮੇਰੀ ਚੁੰਨੀ ਕਿੱਦਾਂ ਖਿੱਚਦਾ ਓਏ ਛੱਡ ਰਿਓ ਛੱਡਦਾ ਨਹੀਂ ਹੈ ਮਾਰੂੰ ਫਿਰ ਮੈਂ ਛੱਡ ਵੇਖ ਹੈ ਇੰਨਾ ਗੰਦੇ ਕੰਮ ਕਰਦਾ ਇਹੀ ਕੰਮ ਆ ਬਸ ਇਹਦਾ ਕੋਈ ਵੀ ਕੱਪੜਾ ਮਿਲ ਜੇ ਕੁਛ ਵੀ ਟੰਗਿਆ ਹੋਇਆ ਮਿਲ ਜੇ ਇਹਨੇ ਉਹਦੀ ਖਿੱਚਣ ਲੱਗ ਜਾਣਾ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਉੱਥੇ ਵੀਡੀਓ ਦੇ ਵਿੱਚ ਜੇ ਤਾਂ ਚੈਨਲ 'ਤੇ ਪਹਿਲੀ ਵਾਰ ਆਏ ਤੁਸੀਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਜੇ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਜੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਉੱਥੇ ਲਓ ਜੀ ਚੱਲ ਬਸ ਬੈਠ ਜਾ ਉੱਥੇ ਗੱਦੀ 'ਤੇ ਆਰਾਮ ਨਾਲ ਠੀਕ ਆ ਨਹੀਂ ਉੱਥੇ ਬੈਠ ਜਾ ਚੰਗਾ ਸਿੱਟ 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 ਬੈਠ ਪਹਿਲਾਂ ਵਾਹ ਵੈਰੀ ਗੁੱਡ ਵੈਰੀ ਗੁੱਡ ਦੇਖ ਕਿਵੇਂ ਲੱਸੀ ਨਾਲ ਮੂੰਹ ਲਵੇੜਿਆ ਸੂਟ ਤਾਂ ਮੇਰੇ ਪਤਾ ਨਹੀਂ ਅਜੇ ਕਿਹੜਾ ਪਾਉਣਾ ਚੁੰਨੀ ਵਾਲੀ ਸੋਹਣੀ ਲੱਗ ਰਹੀ ਹੈ ਨਾ ਮੈਨੂੰ ਔਰੇਂਜ ਸੋਹਣੇ ਲੱਗਦੇ ਪਰ ਔਰੇਂਜ ਮੇਰਾ ਸੂਟ ਨਹੀਂ ਹੈਗਾ ਦੂਜੇ ਵੀ ਸੁਰਮੇ ਰੰਗੇ ਵੀ ਤੇ ਦੂਸਰੇ ਵੀ ਵਧੀਆ ਲੱਗਦਾ ਵਧੀਆ ਲੱਗਦਾ ਉਧਰ ਦੇਖ ਕੇ ਵਿਆਹ ਤਾਂ ਵੱਡੇ ਵਧੀਆ ਲੱਗਦੇ ਵੈਸੇ ਵਿਆਹ ਤਾਂ ਕਿੰਨੀਆਂ ਲੈਣੀਆਂ ਨੇ ਕਿਹਦੇ ਨਾਲ ਆਈ ਅੱਛਾ ਹੋਰ ਹੋਰ ਇੱਥੇ ਬਸ ਪਹਿਲਾਂ ਤਾਂ ਅਸੀਂ ਝੁਮਕੇ ਵਗੈਰਾ ਮੈਂ ਪਾ ਕੇ ਦੇਖ ਰਹੀ ਸੀਗੀ ਕਿਉਂਕਿ ਸਾਨੂੰ ਮੈਰਿਜ ਨੇਗੀਆਂ 2 ਅਤੇ ਤਾਂ ਕਰਕੇ ਮੈਂ ਪਾ ਕੇ ਦੇਖ ਰਹੀ ਇੱਥੇ ਬਸ ਸੂਟ ਵੇਖਣ ਲੱਗ ਗਈ ਸੀ ਅਤੇ ਸੂਟਾਂ ਦਾ ਤਾਂ ਆਪਾਂ ਨੂੰ ਐਵੇਂ ਹੁੰਦਾ ਹੈ ਵੀ ਕੋਈ ਵੀ ਪਸੰਦ ਆ ਜੇ ਨਾ
तो फिर भी वेख लें कि चलो सूट तो किन्ने मर्जी हो भी इदा लगता रहा भी होर वेख लीए होर वेख लीए तो बस मैं उत्थे गई सी मैं एवं भी टाइम हैगा तो मैं वेखन लग गई सूट फिर इतने बस असं जा रहे थे अगे बाजार के तो सारे जने सहनाज सी नाल मेरी सिस्टर छोटी तो यदि बेटी तो इधर मेरी भरजाई पम्मी तो फिर असं चले गए बाजार के उत्थे भी समान लेना सीगा इन्होंने भी लेना सी कुछ समान कुछ मैं भी लेना सीगा तो उदा फिर तुर फिर के दिवाली भी वेख ली असी क्योंकि बाजार के बहुत ज़्यादा रौनक सगिया सारी बाजार के सोहना कलर उपर भी है इत्थे बस सारा समान जिहड़ा असीं खरीद के आ गए सीगे उधरों बाजार दे विच्चों ते दुकान इन्होंने बंद कर दित्ती सीगी ते इन्हां ने भी जाना सीगा पिंड हुण मैं भी फोन कर दित्ता सीगा नवी नूं ते मैं कहा आजो उधर बैठा सीगा होटल ते ते बस सानूं तीन घंटे लग गए सीगे मतलब बाजार दे विच टाइम ते लग ही जांदा है ते इसते इत्थे बस हुण मैं चल जाऊंगी पिंड ते उधर चल जाणगी काले बुले नूं ते चलो जी हुण मिलदे आं आपां तुहानूं घर जाके इतने मैं घर आके पहला तो मझा उधर पानी वगैरह पिला के आई सन्नी दे मैं सवेरे ला के चल गई सी ते हुण बस मैं इतने सब्जी कट्टन लग गई सी गोभी ते मटर इन्हां दी आपां सब्जी बनावांगे अज्ज ते उस तो बाद शाम नूं फिर असीं चले गए गुरद्वारा साहब मत्था टेकण वास्ते मैं ते नवी इतने असं आ गए गुरद्वारा साहब तो घर वापस मत्था टेक के तो मैं थोड़िया मोमबत्तियां लेके आई सी वैसे दीवे तो नहीं लगाते असी तो मैं क्या भी थोड़िया जी मोमबत्तियां लगा देंगी बस इतने कौलियां के उपर लगा देंगी तो कंध से लगा देंगी थोड़िया जी चलो ठीक है जी फिर अज की वीडियो भी आप इतें ही खत्म कर दें मिलते हैं अगली किसी होर नवी वीडियो के नाल तो जो वीडियो पसंद आई है प्लीज़ वीडियो लाइक करना ना भुल्यो तो तुहाडा वीडियो वेखण दे लई सारयां दा बहुत बहुत धन्यवाद जी दोबारा फिर तो दिवाली दियां तुहानू सारयां नू बहुत बहुत मुबारकां जी।